ਉਹ ਕਿੱਧਰ ਯੂਟਿਊਬ ਸਲਾਮ ਅਲੈਕਮ ਜੀ ਇਹ ਭਾਈ ਲਿਆਸ ਹੈ ਜੀ ਕਸਬਾ ਸਰਾਏ ਡਿੰਗ ਤੇ ਕਿੱਧਰ ਚੱਲੇ ਹੋ ਹੈਰ ਨਾਲ ਅੱਛਾ ਅੱਛਾ ਹੋਰ ਸਭ ਫਰੀ ਹੈ ਤੇ ਚਲੋ ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮ ਅਲੈਕੁਮ ਰਹਿਮਤੁਲ੍ਲਾਹਿ ਵਬਰਕਾਤੁਹ ਉਮੀਦ ਹੈ ਜੀ ਸਾਰੇ ਦੋਸਤ ਠੀਕ ਠਾਕ ਵਧੀਆ ਅੱਲਾਹ ਦਾ ਸ਼ੁਕਰ ਹੈ ਮੈਂ ਵੀ ਠੀਕ ਠਾਕ ਅੱਲਾਹ ਦਾ ਨਾਮ ਲੈ ਕੇ ਅੱਜ ਦੀ ਵੀਡੀਓ ਕਰਨੀ ਹੈ ਸ਼ੁਰੂ ਅੱਛਾ ਜੀ ਮੰਡੇ 27 ਮਈ 2024 ਅਤੇ ਟਾਈਮ ਹੋ ਗਿਆ ਜੀ 8:30 ਦਾ ਮਾਲ ਮੈਂ ਜਿਹੜਾ ਨਾ ਲੈਣ ਦਾ ਬਾਹਰ ਅਤੇ ਮੌਸਮ ਜਿਹੜਾ ਸੇਮ ਹੈ ਜਿਹੜਾ ਸਿਚੁਏਸ਼ਨ ਕਿਉਂਕਿ ਗਰਮ ਜਿਹੜਾ ਨਾ ਤਰੀਨ ਦਿਨ ਆਹ ਕੱਲ੍ਹ ਅਤੇ ਅੱਜ ਵੀ ਲੱਗਦਾ ਅੱਜ ਵਾਹ ਤਾਂ ਸੁਬਹ ਚੁਲਦੀ ਅਤੇ ਅੱਜ ਵੀ ਲੱਗਦਾ ਜਿਹੜਾ ਨਾ ਕੱਲ੍ਹ ਆ ਰਹੀ ਜਿਹੜਾ ਨਾ ਯੈਸਟਰਡੇ ਆ ਰਹੀ ਸਹੀ ਗਰਮੀ ਪਵੇਗੀ ਕਿਉਂਕਿ ਸੂਰਜ ਜਿਹੜਾ ਸਹੀ ਲਿਸ਼ਕਾਰੇ ਮਾਰਦਾ ਪਿਆ ਜੀ ਅਤੇ ਮੱਝ ਨਵੀਂ ਜਿਹੜੀ ਹੈ ਤੁਸੀਂ ਕੱਲ੍ਹ ਵੀਡੀਓ ਇਹਦੀ ਦੇਖੀ ਹੈ ਕਿ ਪਾਣੀ 'ਚ ਜਿਹੜਾ ਨਾ ਬਿਲਕੁਲ ਨਹੀਂ ਬਹਿੰਦੀ ਸੀ ਕੱਲ੍ਹ ਸਿਰਫ ਛੱਪੜੀ 'ਚ ਬੈਠੀ ਹੈ ਛੱਪੜੇ 'ਚ ਵੀ ਫਿਰ ਵੀ ਜਿਹੜਾ ਨਾ ਕੱਲ੍ਹ ਨਹੀਂ ਬੈਠੀ ਤਕਰੀਬਨ ਅੱਜ ਚੌਥਾ ਦਿਹਾੜਾ ਮੇਰੇ ਹਾਲ ਮੱਝ ਨੂੰ ਅਤੇ ਅੱਜ ਵੀ ਜਿਹੜਾ ਮੱਝਾਂ 'ਤੇ ਉਹ ਚੁਗਦੀਆਂ ਪਈਆਂ ਨੇ ਪਰਾਂ ਅਤੇ ਇਹ ਜਿਹੜੀ ਬੰਦੇ ਦਾ ਬੜਾ ਕਰਦੀ ਹੈ ਅਤੇ ਮੈਂ ਅੱਜ ਜਿਹੜਾ ਨਾ ਅੱਗੇ ਫੜ ਲਿਆ ਵੀ ਦੀ ਅੱਜ ਰੱਸਾ ਜਿਹੜਾ ਉੱਤੇ ਸੱਟੇ ਆ ਉੱਥੋਂ ਲੋਕੋ ਕੱਢਦੇ ਜਿਹੜਾ ਉੱਤੇ ਸੱਟ ਸੜਿਆ ਅਤੇ ਮਗਰ ਮੇਰੇ ਅਤੇ ਬਿਲਕੁਲ ਮੱਝਾਂ ਦਾ ਜਿਹੜਾ ਨਾ ਕੋਈ ਨਹੀਂ ਹੈਲਪ ਕਰਦੀ ਹੈ ਖੂਬਸੂਰਤ ਦਿਨ ਦਾ ਆਗਾਜ਼ ਹੋ ਗਿਆ ਜੀ ਗਰਮ ਤਰੀਨ ਦਿਨ ਦਾ ਜੇਠ ਸਹੀ ਐਦ ਕੀ ਪਾ ਰਿਹਾ ਕਿਉਂਕਿ ਗਰਮੀ ਜਿਹੜਾ ਨਾ ਲਗਾਤਾਰ ਪੈ ਰਹੀ ਜੂਨ ਦਾ ਜੇਠ ਚੜਿਆ ਜੀ ਮੱਝਾਂ ਦਾ ਨਹੀਂ ਕਰਦੀ ਹੈ ਵੀ ਚੌਥਾ ਦਿਹਾੜਾ ਅੱਜ ਅਤੇ ਮੱਝਾਂ ਵੱਲ ਨਹੀਂ ਹੁੰਦੀ ਹੈ ਵੀ ਬੰਦੇ ਦੇ ਮਗਰ ਅਸਲਾਮ ਅਲੈਕੁਮ ਸੁਣਾਓ ਕੀ ਹਾਲ ਹੈ ਠੀਕ ਹੋ ਆਹੋ ਮਗਰ ਬੰਦੇ ਦਾ ਜਿਹੜਾ ਨਾ ਬੜਾ ਕਰਦੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਫਾਈਨਲੀ ਜੀ ਮੱਝ ਜਿਹੜਾ ਨਾ ਬਹਿ ਗਈ ਵੈਸੇ ਛੱਪੜੇ ਜਿਹੜਾ ਨਾ ਚੌਥਾ ਦਿਹਾੜਾ ਅੱਜ ਮੱਝ ਨੂੰ ਆਇਆ ਬਾਹਰ ਅਤੇ ਅੱਗੇ ਰੋਜ਼ ਛੱਪੜੇ 'ਚ ਵੜਦੀ ਬਹਿੰਦੀ ਨਹੀਂ ਹੈ ਵੀ ਕੱਲ੍ਹ ਬੈਠੀ ਛੱਪੜੀ 'ਚ ਅਤੇ ਅੱਜ ਜਿਹੜਾ ਨਾ ਛੱਪੜੇ 'ਚ ਮਾਸ਼ਾਅੱਲਾ ਜੀ ਫਾਈਨਲੀ ਬਹਿ ਗਈ ਨਾ ਮਾਰਸੂ ਮਾਜ ਤਾਂ ਬਹਿ ਗਈ ਪਰ ਦੂਜੀਆਂ ਜਿਹੜੀਆਂ ਮੱਝਾਂ ਨੇ ਨਾ ਉਹ ਨਹੀਂ ਬਹਿਣ ਦੇਣੀਆਂ ਉਹਦੇ ਪਰਲੀ ਨੂੰ ਮਾਰਿਆ ਦੋ ਲੱਤੀ ਬਹਿ ਜਾ ਪਰਾਂ ਹੋ ਗਏ ਹੁਣ ਟਾਈਮ ਹੋ ਗਿਆ ਜੀ 9 ਦਾ ਅਤੇ ਮੱਝਾਂ ਜਿਹੜਾ ਨੇ ਛੱਪੜੇ ਜਾਣ ਕੇ ਬੈਠੀਆਂ ਨੇ ਪਾਣੀ ਛਾਣੀ ਪੀਤਾ ਨੇ ਹੁਣ ਚੱਟ ਠੰਡੀਆਂ ਹੁੰਦੀਆਂ ਨੇ ਕਿਉਂਕਿ ਗਰਮੀ ਅੱਜ ਜਿਹੜਾ ਨਾ ਸ਼ਦੀਦ ਬਹੁਤ ਜ਼ਿਆਦਾ ਗਰਮੀ ਅਤੇ ਫਿਰ ਜਿਹੜਾ ਨਾ ਕੱਢਣਿਆਂ ਨੇ ਚੁਗਣ ਵਾਸਤੇ ਮੱਝਾਂ ਜੀ ਮਾਸ਼ਾਅੱਲਾ ਨਿਕਲੀਆਂ ਨੇ ਛੱਪੜੇ 'ਚ ਠੰਡੀਆਂ ਹੋ ਗਏ ਕੋਈ ਉਹ ਪਿੱਛੇ ਵੀ ਨਿਕਲ ਕੇ ਆਉਂਦੀਆਂ ਨੇ ਮੱਝਾਂ ਦੂਜੀਆਂ ਨਿਕਲ ਕੇ ਜਿਹੜਾ ਅੱਗੇ ਲੱਗੀਆਂ ਨੇ ਵਾਹ ਅੱਜ ਬੰਦ ਹੋ ਗਈ ਸੁਬਹ ਤੇ ਆਹੀ ਮਾੜੀ ਵਾਹ ਮੇਰੇ ਹੁਣ ਜਿਹੜਾ ਨਾ ਗੁੰਮਾ ਜਿਹਾ ਬਣ ਗਿਆ ਸਹੀ ਮੌਸਮ ਜਿਹੜਾ ਅੱਜ ਸਾਫ਼ ਕਲੀਅਰ ਸਕਾਈ 'ਚ ਅੱਛਾ ਜੀ ਖਰਗੋਸ਼ ਦਾ ਬੱਚਾ ਜਿਹੜਾ ਨਾ ਕੱਲ੍ਹ ਇੱਥੇ ਬੈਠੇ ਆ ਅਤੇ ਅੱਜ ਦੇਖਦੇ ਹਾਂ ਕਿ ਇੱਥੇ ਹੀ ਕੱਲ੍ਹ ਤਾਂ 2-3 ਵਾਰੀ ਠਾਲਿਆ ਅਤੇ ਫਿਰ ਉੱਥੇ ਟੁਰ ਜਾਂਦਾ ਅੱਜ ਦੇਖਦੇ ਹਾਂ ਕਿ ਇੱਥੇ ਹੀ ਇੱਕ ਜਮਾਂ ਪੱਟ ਗਏ
ਬੈਠੇ ਆ ਜੀ। ਇਹ ਦੇਖਿਆ, ਇਹ ਦੇਖ ਫਿਰ ਉੱਥੇ ਵੜ ਕੇ ਬੈਠਾ ਰਹੋ ਜੀ। ਵਾਹ ਰੌਲਾ ਜੀ ਬਹੁਤ ਹੀ ਜਿਹੜਾ ਤਕੜਾ। ਇਹ ਦੇਖਿਆ ਆਉਂਦਾ ਪਿਆ ਵਗੀ ਜਿਵੀਂ ਉੱਥੇ ਨਜ਼ਰ ਪਿਆ ਆਉਂਦਾ ਸੀ। ਉਹ ਦੇਖਿਆ ਉਹ ਪਹੁੰਚ ਗਿਆ ਉਸ ਕਿੱਕਰ ਕੋਲ। ਅੱਛਾ ਜੀ, ਇਹ ਜਿਹੜੀ ਮੱਝ ਗੱਲੀ ਕਰਦੀ ਹੈ ਨਾ, ਇਹਦੇ ਨਾਲ ਹੀ ਡੰਗਰ ਦਾ ਸਮਝੋ ਖਾਣਾ ਜਿਹੜਾ ਖਾਧੇ ਜਾਂਦਾ, ਪੱਠਾ ਕਾ ਜੇ ਕੋਈ ਵੀ ਉਹ ਆਜ਼ਮਾਉਂਦਾ। ਗਾਂ ਵੀ ਇੰਝ ਗੱਲ ਹੀ ਕਰਦੀ, ਮੱਝ ਵੀ, ਬੱਕਰੀ ਵੀ, ਇੰਝ ਕਈ ਡੰਗਰ ਜਿਹੜੇ ਨੇ ਨਾ ਇੰਝ ਖਾ ਕੇ ਜਿਸ ਵੇਲੇ ਕੁਛ ਹੈ ਖਾਂਦੇ ਨੇ ਘਾਹ ਵਗੈਰਾ ਜਾਂ ਪੱਠੇ, ਉਸ ਤੋਂ ਬਾਅਦ ਫਿਰ ਹੈ ਕਾਫੀ ਦੇਰ ਤਾਈਂ ਜਿਹੜਾ ਨਾ ਮੂੰਹ ਨੂੰ ਇੰਝ ਲਾਉਂਦੇ ਰਹਿੰਦੇ ਅਤੇ ਫਿਰ ਜਾ ਕੇ ਇਹਨਾਂ ਦਾ ਜਿਹੜਾ ਨਾ ਉਹ ਸਾਰਾ ਸਮਝੋ ਆਜ਼ਮਾਉਂਦਾ ਕੋਈ ਵੀ ਸ਼ੈ ਖਾਧੀ ਹੁੰਦੀ। ਇਹ ਦੇਖਿਆ ਮੱਝ ਮੂੰਹ ਜੂ ਝੱਗ ਛੁੱਡੀ, ਝੱਗ ਦੇਖਣ ਮੂੰਹ ਕਾਫੀ ਛੁੱਟੀ ਸੀ ਅਤੇ ਗੱਲੀ ਕਰੀ ਜਾਂਦੀ।